बिस्मिल्लाह रहमान रहीम, आप देख रहे हैं मेरा चैनल नुमान भट्टी। और आज जिस छत पे हम मौजूद हैं जी, किसी तारीफ के मुताज नहीं, उस्ताद जग्गा खोकर 2019 के चैम्पियन जेठ के, और दोबारा जेठ में ही हम आए हैं। उस्ताद जी से कुछ बातें पूछेंगे कि उस्ताद जी, ये जो गर्मी पड़ रही है, ये किस तरह देख रहे हैं इसको? कुछ लोग कह रहे हैं कि यार, लोगों के कबूतर जल्दी बैठ रहे हैं। हम सबसे पहले उस्ताद जी, अस्सलाम वालेकुम। उस्ताद जी, ਇਹ ਜਿਹੜੀ ਗਰਮੀ ਪੈ ਰਹੀ ਹੈ, ਕੰਟੀਨਿਊ ਪੈ ਰਹੀ ਹੈ, ਕਦੀ 3 ਪੁਆਇੰਟ ਉੱਤੇ ਚਲੇ ਜਾਂਦੀ, ਕਦੀ 4 ਪੁਆਇੰਟ ਉੱਤੇ ਚਲੇ ਜਾਂਦੀ, ਛਾਲ ਮਾਰ ਜਾਂਦੀ ਹੈ, ਅਤੇ ਤੁਸੀਂ ਕਹੀਂ ਦੇਖਦੇ ਜੀ ਇਸ ਗਰਮੀ ਨੂੰ? 2019 'ਚ ਵੀ ਮਾਸ਼ਾਅੱਲਾ ਤੁਸੀਂ ਚੈਂਪੀਅਨ ਹੋਏ ਸੀ, ਅਤੇ ਉਦੋਂ ਵੀ ਗਰਮੀ ਬਹੁਤ ਇੰਜਦੀ ਸੀ, ਅਤੇ ਤੁਸੀਂ ਕੀ ਕਹਿੰਦੇ ਜੇ ਕਿ ਉਸ ਗਰਮੀ ਨੂੰ ਅਤੇ ਇਸ ਗਰਮੀ ਨੂੰ ਕਿੰਝ ਤੁਸੀਂ ਦੇਖਦੇ ਜੇ? ਅਤੇ ਜਿਹੜੇ ਲੋਕ ਇਹ ਕਹਿੰਦੇ ਪਏ ਨੇ ਕਿ ਯਾਰ, ਕਬੂਤਰ ਜਲਦੀ ਲੋਕਾਂ ਦੇ ਬੈਠ ਰਹੇ ਨੇ, ਉਹਨਾਂ ਬਾਰੇ ਤੁਹਾਡੀ ਕੀ ਰਾਏ ਆ? ਤਮਾਮ ਦੋਸਤਾਂ ਨੂੰ, ਤਮਾਮ ਪਲੇਅਰਾਂ ਨੂੰ ਜੱਗੇ ਖੋਖਰ, ਮੌਲੇ ਖੋਖਰ ਦੀ ਤਰਫੋਂ ਅਸਲਾਮ ਅਲੈਕੁਮ। ਜਿੰਨੀ ਗਰਮੀ ਅੱਛੀ ਪੈ ਗਈ, ਉਹਨੇ ਲਾਹੌਰ 'ਚ ਛੇ ਕਬੂਤਰ ਪਰਫੋਰਮ ਕਰਨਗੇ। ਮੈਂ ਅਲਹਮਦੁਲਿਲਾ, ਮੇਰੇ ਕਾਫੀ ਦੋਸਤ ਨੇ ਜਿਹੜੇ ਬਹੁਤ ਅੱਛਾ ਆਰਡਰ ਰਹੇ ਨੇ, ਜਿਨ੍ਹਾਂ ਦੇ ਵਿੱਚ ਮੈਂ ਫਰਦਨ ਕਾਫੀ ਦੋਸਤ ਨੇ ਜਿਨ੍ਹਾਂ ਦਾ ਨਾਂ ਨਹੀਂ ਲੈ ਸਕਦਾ, ਜਿਨ੍ਹਾਂ ਦੇ ਵਿੱਚ ਹੈਦਰ ਜੋਈਆ ਬਹੁਤ ਅੱਛਾ ਆਰਡਰ, ਮਾਸ਼ਾਅੱਲਾ ਜੀ ਬਹੁਤ ਅੱਛੇ ਆਰਡਰ, ਉਹਨਾਂ ਦੇ ਨਾਲ ਸੇਲ ਨਸਾਰ ਖਾਨ ਬਹੁਤ ਅੱਛੇ ਆਰਡਰ ਰਹੇ ਨੇ, ਬਿਲਕੁਲ ਐਂਜੀ। ਇੱਕ ਆਪਣਾ ਭੁੱਲਰ ਦੀ ਛੱਤ, ਉਹ ਬੜਾ ਅੱਛਾ ਆਰਡਰ ਪਿਆ, ਮਾਸ਼ਾਅੱਲਾ ਕਾਫੀ ਪਲੇਅਰ ਨੇ ਜਿਹੜੇ ਬਹੁਤ ਅੱਛਾ ਉੱਡਦੇ ਪਏ ਨੇ, ਆਊਟਸਟੈਂਡਿੰਗ ਉੱਡ ਰਹੇ ਨੇ। ਗਰਮੀ ਜਿਹੜੀ ਨਾ ਕਬੂਤਰ ਦੀ, ਜਿਸ ਤਰ੍ਹਾਂ ਕਬੂਤਰ ਨੂੰ ਜਿੰਨੀ ਗਰਮੀ ਹੋਵੇਗੀ, ਉਨੇ ਲਾਹੌਰ ਦੇ ਅੱਛੇ ਕਬੂਤਰ ਉੱਡਣਗੇ, ਕੋਈ ਸ਼ੱਕ ਨਹੀਂ। ਲਾਹੌਰੀਏ ਬਹੁਤ ਅੱਛੇ ਕਬੂਤਰ ਉਡਾਉਣਾ ਵੀ ਜਾਣਦੇ ਨੇ ਔਰ ਰੱਖਣਾ ਵੀ ਜਾਣਦੇ, ਔਰ ਸਹੀ ਦਿਖਾ ਵੀ ਦਿੱਤਾ ਇਸ ਦਫਾ ਜੀ, ਦੱਸਿਆ ਲਾਹੌਰ, ਬਿਲਕੁਲ ਸਹੀ ਕਹਿ ਰਹੇ ਜੀ। ਅਤੇ ਉਸਤਾਦ ਜੀ, ਕਹਿੰਦੇ ਹੁਣ ਤੁਸੀਂ ਦੇਖਦੇ ਜੇ ਕਿ ਕੁਛ ਲੋਕ ਕਹਿੰਦੇ ਨੇ ਕਿ ਯਾਰ, 10ਵੇਂ ਕਬੂਤਰ ਬੈਠ ਰਹੇ ਨੇ ਲਾਹੌਰ 'ਚ, ਅਤੇ ਯਾਰ ਇਹ ਕੋਈ ਟਾਈਮ ਨਹੀਂ ਇੰਨਾ, ਲੇਕਿਨ ਮੈਂ ਅੱਜ ਇੰਟਰਵਿਊ 'ਚ ਇਹ ਤੁਹਾਡੇ ਕੋਲੋਂ ਵਾਜ਼ਿਆ ਕਰਾਉਣਾ ਚਾਹੁੰਦਾ ਵਾਂ ਕਿ ਜਿਹੜੇ ਲੋਕਾਂ ਦੀ ਇਹ ਸੋਚ ਹੈ ਕਿ ਯਾਰ, 10 ਵਜੇ ਤੱਕ ਕਬੂਤਰ ਬੈਠ ਗਏ ਨੇ, 9 ਵਜੇ ਤੱਕ ਬੈਠ ਗਏ ਨੇ, ਉਹ ਲੋਕਾਂ ਨੇ ਸ਼ਾਇਦ 9-10 ਵਜੇ ਵਾਲੇ ਕਬੂਤਰ ਦੇਖੇ ਨੇ ਕਿ ਜਿਹਨਾਂ ਨੇ ਬਹੁਤ ਅੱਛੀ ਪਰਫੋਰਮੈਂਸ ਦਿੱਤੀ, ਉਹਨਾਂ ਦਾ ਉਹ ਨਾਂ ਨਹੀਂ ਲੈ ਰਹੇ। ਪਤਾ ਕੀ ਗੱਲ ਹੈ, ਕਬੂਤਰਾਂ ਨੂੰ ਗਰਮੀ ਪੈ ਗਈ ਬਹੁਤ ਜ਼ਿਆਦਾ, ਅਤੇ ਕਬੂਤਰਾਂ ਕਾਫੀ ਦੋਸਤਾਂ ਦੇ ਕਬੂਤਰਾਂ ਨੂੰ ਘੱਟ ਫੜਕਾਂ ਹਨ, ਜਿਨ੍ਹਾਂ ਦੀ ਵਜ੍ਹਾ ਤੋਂ ਕਬੂਤਰ ਕਾਫੀ ਡਿਸਟਰਬ ਹੋ ਗਏ। ਮਾਸ਼ਾਅੱਲਾ ਹੁਣ ਆ ਕੇ ਕਬੂਤਰ ਲਾਹੌਰ ਦੇ ਅੰਦਰ ਬਹੁਤ ਅੱਛੇ ਉੱਡਦੇ ਪਏ, ਹਰ ਪਲੇਅਰ ਦੇ ਹੀ ਅੱਛੇ ਉੱਡਦੇ ਪਏ, ਔਰ ਤਮਾਮ ਪਲੇਅਰਾਂ ਨੂੰ ਮੇਰੀ ਤਰਫੋਂ ਬੈਸਟ ਆਫ ਲੱਕ ਕੇ, ਔਰ ਅੱਛਾ ਸ਼ੌਕ ਕਰਨਾ ਚਾਹੀਦਾ, ਤਸਾਬਾਜ਼ੀ ਨਹੀਂ ਕਰਨੀ ਚਾਹੀਦੀ, ਜ਼ਬਰਦਸਤ ਸ਼ੌਕ, ਪਿਆਰ ਮੁਹੱਬਤ ਦਾ, ਅਖਲਾਕੀਅਤ ਦਾ, ਪਿਆਰ ਦਾ, ਇਹ ਤਫਰੀ, ਇਹਨੂੰ ਇੰਜੋਏ ਕਰੋ। ਕੀ ਬਾਤ ਹੈ, ਔਰ ਇਨਸ਼ਾਅੱਲਾ ਤਾਲਾ ਜਿੰਨੀ ਵੀ ਗਰਮੀ ਪੈਗੀ ਉਸ ਤੋਂ ਅੱਛਾ ਰਿਜ਼ਲਟ ਅਸੀਂ ਦਿਆਂਗੇ ਇਨਸ਼ਾਅੱਲਾ, ਜ਼ਬਰਦਸਤ। ਆਪਾਂ ਨੂੰ ਲਾਹੌਰੀਆਂ ਨੂੰ ਗਰਮੀ ਗੁਰਮੀ ਦਾ ਕੋਈ ਭਾਰ ਨਹੀਂ, ਜਿੰਨੀ ਵੀ ਗਰਮੀ ਪਵੇਗੀ ਲਾਹੌਰੀ ਉਸ ਤਰ੍ਹਾਂ ਹੀ ਉਸ ਤੋਂ ਅੱਛਾ ਜਿੰਨੀ ਅੱਛੀ ਗਰਮੀ ਪਏਗੀ ਉਹਨੇ ਅੱਛੇ ਲਾਹੌਰ 'ਚ ਕਬੂਤਰ ਉਡਾਉਣਗੇ। ਕਿਆ ਬਾਤ ਹੋ ਗਿਆ ਜੀ, ਜ਼ਬਰਦਸਤ। ਅੱਛਾ ਉਸਤਾਦ ਜੀ, ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਕਿ ਅਕਸਰ ਇਹ ਕੋਈ ਐਸੀ ਗੱਲ ਨਹੀਂ ਹੈ, ਮਰ ਜਾਂਦਾ ਫਰਿੰਦਾ, ਕੋਈ ਐਸਾ ਮਸਲਾ ਨਹੀਂ ਹੁੰਦਾ, ਲੇਕਿਨ ਉਸਤਾਦ ਜੀ, ਜ਼ਿਆਦਾ ਕੀ ਵਜ੍ਹਾ ਬਣਦੀ ਕਿ ਕਬੂਤਰ ਜਦੋਂ ਉੜ ਕੇ ਆਉਂਦਾ, ਖਾਸ ਤੌਰ 'ਤੇ ਇਸ ਗਰਮੀ ਦੇ ਵਿੱਚ ਕਬੂਤਰ ਉੜ ਕੇ ਆਉਂਦਾ ਅਤੇ ਉਹ ਮਾਰੇ ਜਾਂਦਾ, ਕੀ ਵਜੂਹਾਤ ਹੁੰਦੀਆਂ ਨੇ, ਅਤੇ ਜੇ ਅਸੀਂ ਬਚਾਉਣਾ ਚਾਹੀਏ ਤਾਂ ਕਿੰਝ ਬਚਾ ਸਕਦੇ ਹਾਂ, ਕਿਉਂਕਿ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਦੱਸ ਸਕਦਾ ਉਡਾ ਦੇ ਜੇ? ਕਾਫੀ ਦੋਸਤਾਂ ਦੇ ਕਬੂਤਰ ਮਰੇ ਨੇ, ਬਹੁਤ ਦੋਸਤਾਂ ਦੇ ਕਬੂਤਰ ਮਰੇ ਨੇ, ਅਤੇ ਸਾਡੀ ਕੋਸ਼ਿਸ਼ ਇਹ ਵੇ, ਮੇਰਾ 40 ਸਾਲ ਦਾ ਤਜਰਬਾ ਕਬੂਤਰਬਾਜ਼ੀ ਦੇ ਅੰਦਰ, ਮੈਂ ਵਡਿਆਈ ਨਹੀਂ ਕਰਨ ਲੱਗਾ, ਤਾਰੀਫ ਉਸ ਅੱਲਾ ਪਾਕ ਦੀ, ਜ਼ਿੰਦਗੀ ਮੌਤ ਮੇਰੇ ਅੱਲਾ ਕੋਲ, ਮੇਰਾ ਕਬੂਤਰ 2-2 ਦਿਨ ਵੀ ਵਿਗੜ ਗਿਆ ਨਾ, ਅਤੇ ਅੱਜ ਤੱਕ ਮਰਿਆ ਨਹੀਂ, ਔਰ ਇਨਸ਼ਾਅੱਲਾ ਤਾਲਾ ਵਿਗੜਿਆ ਅੱਜ, ਅਤੇ ਅਗਲੇ ਦਿਨ ਅੱਛਾ ਪਰਫੋਰਮ ਉਹ ਕਰਕੇ ਬੈਠਾ, ਇਹ ਮੇਰਾ ਹੀ ਮਾਣ ਹੈ। ਇਹ ਮੇਰਾ ਕਬੂਤਰ 1 ਨੰਬਰ ਵਿਗੜਿਆ ਮੇਰੇ ਕੋਲ ਪਰਸੋਂ ਪਿਛਲੀ ਬਾਜ਼ੀ 'ਚ, ਇੱਕ 1.25 ਬੈਠਾ ਹੈ, ਇਹ ਅਗਲੇ ਦਿਨ 9 ਵਜੇ ਤੱਕ ਵਿਗੜਿਆ ਰਿਹਾ, ਠੀਕ ਨਹੀਂ ਹੋਇਆ, ਇਹਨੂੰ ਮੈਂ ਅਗਲੇ ਦਿਨ ਠੀਕ ਕਰਕੇ, ਅੱਜ 2:42 'ਤੇ ਮੈਂ ਬਿਠਾਇਆ, ਖਰਾਬ ਹੋਏ ਇਹਨੂੰ ਠੀਕ ਕਰਕੇ ਜੀ, ਇਹ ਸਾਰੇ ਦੋਸਤ ਤੁਹਾਡੇ ਸਾਹਮਣੇ ਨੇ, ਇਹਨਾਂ ਨੂੰ ਪੁੱਛ ਸਕਦੇ, ਜ਼ਬਰਦਸਤ।
ਕੋਈ ਕਬੂਤਰ ਵਿਗੜ ਜਾਣਾ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਲੇਕਿਨ ਅਲਹਮਦੁਲਿਲਾ ਸਾਡੇ ਉਸਤਾਦ ਨੇ, ਸਾਡੇ ਦੋਸਤ ਨੇ, ਅਸੀਂ ਇੱਕ ਦੂਸਰੇ ਦੀ ਰਹਿਨੁਮਾਈ ਨਾਲ ਚੱਲਣੇ ਹਾਂ। ਕਾਫੀ ਮੇਰੇ ਦੋਸਤ ਨੇ, ਸਹਿਲ ਨਸਾਰ ਖਾਨ ਮੇਰੇ ਉਸਤਾਦ ਨੇ, ਉਹਨਾਂ ਨੂੰ ਮੈਂ ਪੁੱਛਣਾ ਵਾ, ਉਹ ਮੈਨੂੰ ਦੱਸ ਦਿੰਦੇ ਨੇ। ਅਸ਼ਫਾਕ ਕਵਿਤੀਆ ਜਿਸ ਤਰ੍ਹਾਂ ਮੇਰੇ ਦੋਸਤ, ਮੁੰਤਜ਼ਰ ਨੰਬਰਦਾਰ ਹੈ, ਇਸ ਤਰ੍ਹਾਂ ਕਾਫੀ ਮੇਰੇ ਦੋਸਤ ਨੇ, ਮੀਆਂ ਨਦੀਮ ਬਸ਼ੀਰ ਹੈ, ਅਸੀਂ ਆਪਸ 'ਚ ਸਾਡੀ ਕਮਿਊਨਿਟੀ ਹੈ ਦੋਸਤਾਂ ਦੀ, ਅਸੀਂ ਇੱਕ ਦੂਸਰੇ ਨਾਲ ਡਿਸਕਸ ਕਰਨੇ ਆ। ਕਬੂਤਰ ਖਰਾਬ ਹੋ ਜਾਏ ਮੇਰੀ ਸਮਝ 'ਚ ਨਹੀਂ ਆਉਂਦਾ, ਉਹਨਾਂ ਦੀ ਸਮਝ 'ਚ ਆ ਜਾਂਦਾ, ਉਹਨਾਂ ਦੀ ਨਹੀਂ ਜਾਂਦਾ ਸਾਡੀ ਸਮਝ 'ਚ ਆ ਜਾਂਦਾ। ਬਹਰਹਾਲ ਅਲਹਮਦੁਲਿਲਾ ਬਹੁਤ ਅੱਛਾ ਪਰਫੋਰਮ ਕਬੂਤਰ ਕਰ ਰਹੇ ਨੇ, ਔਰ ਇਨਸ਼ਾਅੱਲਾ ਕਰਦੇ ਰਹਿਣ, ਇਨਸ਼ਾਅੱਲਾ ਇਨਸ਼ਾਅੱਲਾ। ਅੱਛਾ ਉਸਤਾਦ ਜੀ, ਇੱਕ ਚੀਜ਼ ਹੋਰ ਹੈ, ਅਕਸਰ ਹੁੰਦਾ ਹੈ ਕਿ ਜਿੰਝ ਹੁਣ ਪਰਿੰਦਿਆਂ ਦੀ ਤਾਦਾਦ ਅਸੀਂ ਘੱਟ ਕਹਿ ਸਕਦੇ ਹਾਂ ਕਿ ਸਾਡੇ ਕੋਲ ਤਾਦਾਦ ਘੱਟ ਹੈ, ਲੇਕਿਨ ਪਿੱਛੇ ਜਿਹੜੇ ਸਾਡੇ ਕੋਲ ਪਰਿੰਦੇ ਹੋਣ, ਇੱਕ ਦੋਸਤ ਦਾ ਮੇਰਾ ਹੈ ਜਵਾਬ, ਯਾਨੀ ਕਿ ਸਵਾਲ ਨਹੀਂ ਹੈਗਾ, ਦੋਸਤ ਦਾ ਹੈ, ਅਤੇ ਮੈਂ ਕਿਹਾ ਸੀ ਇਨਸ਼ਾਅੱਲਾ ਤਾਲਾ ਜਦੋਂ ਵੀ ਉਸਤਾਦ ਹੋਣਾ ਕੋਲ ਕਿਸੇ ਕੋਲ ਵੀ ਜਾਵਾਂਗੇ ਤਾਂ ਪੁੱਛਾਂਗੇ। ਉਸਤਾਦ ਜੀ ਸਵਾਲ ਇਹ ਹੈਗਾ ਸੀ, ਉਹ ਕਹਿ ਰਹੇ ਸੀ ਕਿ ਸਾਡੇ ਕੋਲ ਪਰਿੰਦੇ ਘੱਟ ਰਹਿ ਗਏ ਨੇ, ਸਾਡੇ ਕੋਲ ਇੱਕ ਪਰਿੰਦਾ ਰਹਿ ਗਿਆ, ਯਾਨੀ ਕਿ ਜਿਹੜਾ ਥੋੜ੍ਹਾ ਕਮਜ਼ੋਰ ਹੋਏਗਾ, ਉਹਦੀ ਥੋੜ੍ਹੀ ਬਹੁਤੀ ਹੱਡੀ ਨਿਕਲੀ ਹੋਏਗੀ, ਨਹੀਂ ਫਿੱਟ ਹੋਏਗਾ। ਕਹਿੰਦਾ ਯਾਰ ਅਸੀਂ ਉਹਨੂੰ ਬਾਜ਼ੀ 'ਚ ਪਾ ਸਕਦੇ ਹਾਂ ਇਸ ਮੌਸਮ 'ਚ, ਲਾਜ਼ਮੀ ਸਾਨੂੰ ਪੁੱਛ ਕੇ ਦੱਸਣਾ ਹੈ, ਹੁਣ ਅਸੀਂ ਸ਼ਾਇਦ ਅਸੀਂ ਨਾ ਉਡਾਈਏ, ਲੇਕਿਨ ਕੀ ਪਤਾ ਅੱਗੇ ਸਾਡੇ ਨਾਲ ਦੁਬਾਰਾ ਇੰਝ ਹੋਵੇ, ਅਸੀਂ ਉਸ ਚੀਜ਼ ਤੋਂ ਬਚ ਸਕੀਏ ਜਾਂ ਕੁਛ ਸਿੱਖ ਸਕੀਏ। ਉਹਨੂੰ ਜਿਹੜਾ ਕਬੂਤਰ ਤੁਹਾਡਾ ਕਮਜ਼ੋਰ ਹੋਵੇ ਨਾ, ਉਹਨੂੰ ਅੰਜੀਲ ਲੈ ਕੇ ਅਤੇ ਖੋਇਆ ਲੈ ਕੇ ਉਹਦੀ ਗੋਲੀ ਬਣਾ ਕੇ ਨਾ, ਅਤੇ ਰੋਜ਼ਾਨਾ ਦੀ ਇੱਕ ਗੋਲੀ ਰੋਜ਼ੀ ਉਹਨੂੰ ਦਿਓ, ਇਨਸ਼ਾਅੱਲਾ ਤਾਲਾ ਵਜੂਦ ਵੀ ਫੜ ਜਾਏਗਾ ਔਰ ਅੱਛਾ ਪਰਫੋਰਮ ਵੀ ਕਰੇਗਾ ਇਨਸ਼ਾਅੱਲਾ। ਕੀ ਬਾਤ ਹੋ ਗਿਆ ਜੀ, ਜ਼ਬਰਦਸਤ ਜੀ, ਬਹੁਤ ਜ਼ਬਰਦਸਤ, ਤੁਸੀਂ ਵੱਡੀ ਗੱਲ ਦੱਸ ਦਿੱਤੀ। ਇੱਕ ਚੀਜ਼ ਹੋਰ ਸਾਹ ਜੀ ਤੁਹਾਨੂੰ ਪੁੱਛਣਾ ਹੋਵੇ, ਲਾਜ਼ਮੀ, ਕਿਉਂਕਿ ਹੁਣ ਮੇਨ ਚੀਜ਼ ਤਾਂ ਇਹੀ ਹੈ ਕਿ ਤੁਹਾਡੇ ਕੋਲ ਆਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਜਿਹੜੇ ਸਾਡੇ ਲੋਕ ਦੇਖਣ ਵਾਲੇ ਨੇ, ਜਿਹੜੇ ਨਹੀਂ ਸ਼ੌਕ ਆ ਸਕੇ ਵੇਖਣ ਵਾਸਤੇ ਜਾਂ ਨਹੀਂ ਤੁਹਾਨੂੰ ਮਿਲ ਸਕਦੇ, ਤੁਹਾਡੇ ਕੋਲੋਂ ਸਵਾਲ ਨਹੀਂ ਕਰ ਸਕਦੇ, ਉਹਨਾਂ ਦੇ ਹੀ ਇਹ ਸਵਾਲ ਹੁੰਦੇ ਜਿਹੜੇ ਅਸੀਂ ਤੁਹਾਡੇ ਕੋਲੋਂ ਕਰਦੇ ਹੁੰਦੇ ਹਾਂ। ਸਾਹ ਜੀ, ਕਬੂਤਰ ਜਿੰਝ ਅਸੀਂ ਅੱਗੇ ਗੱਲ ਕਰਦੇ ਪਏ ਸੀ ਵਿਗੜ ਜਾਂਦਾ ਹੈ, ਕਬੂਤਰ ਵਿਗੜਨ ਤੋਂ ਮੁਰਾਦ ਸਾਹ ਜੀ ਕਿੰਨੀਆਂ ਕਿਸਮਾਂ ਨੇ ਇਸ ਮੌਸਮ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਯਾਰ ਵਿਗੜ ਜਾਂਦਾ ਹੈ, ਪਾਣੀ ਰੋਕ ਗਿਆ ਜਾਂ ਉਹਦਾ ਦਾਣਾ ਪੋਟ 'ਚ ਰਹਿ ਗਿਆ ਜਾਂ ਪਾਣੀ ਨਹੀਂ ਚਲਾ ਰਿਹਾ, ਕਿੰਨੀਆਂ ਕਿਸਮਾਂ ਨੇ ਕਿ ਜਿਸ ਕੀ ਕਿਸਮ 'ਚ ਕਬੂਤਰ ਖਰਾਬ ਹੋ ਜਾਂਦਾ? ਜਿਸ ਦਿਨ ਪਹਿਲੀ ਬਾਜ਼ੀ ਸੀ ਨਾ, ਮੈਂ ਮੇਰੇ ਕੋਲ ਐਡਾ ਵੱਡਾ ਸੈਟਅਪ ਸੀ, ਐਡੇ ਮੇਰੇ ਕੋਲ 6 ਪਰਿੰਦੇ ਸਨ, 8 ਪਰਿੰਦੇ ਸਨ ਮੇਰੇ ਕੋਲ, ਜਿਹੜੇ 1 ਤੋਂ ਲੈ ਕੇ 3 ਵੀਰ ਬਹਿ ਰਹੇ। ਮਾਸ਼ਾਅੱਲਾ, ਅੱਲਾਹ ਪਾਕ ਦੀ ਤਰਫੋਂ ਕੋਈ ਐਸੀ ਮੇਰੇ 'ਤੇ ਮਿਹਰਬਾਨੀ ਹੋਈ, ਮੈਂ ਇਹਨੂੰ ਅੱਛਾਈ ਸਮਝਣਾ ਬੁਰਾਈ ਨਹੀਂ ਸਮਝਦਾ। 2 ਕਬੂਤਰ ਮੇਰੇ ਉੱਤੋਂ ਚਲੇ ਗਏ, 2 ਮੇਰੇ ਥੱਲੇ ਸੁਬਾਹ ਬਹਿ ਗਏ। ਮੇਰਾ ਕੋਈ ਦੋਸਤ ਆਇਆ, ਉਹਨੇ ਕਿਹਾ ਯਾਰ ਇਹਨੂੰ ਥੋੜ੍ਹਾ ਜਿਹਾ ਦਾਣਾ ਪਾ, ਤੇਰੇ ਕਬੂਤਰ ਭੁੱਖੇ ਨੇ। ਮੈਂ ਚਲੋ ਉਹਦਾ ਭਲਾ ਹੋਵੇ, ਪਰ ਉਹਨੇ ਤਾਂ ਚੰਗਾ ਹੀ ਕੀਤਾ, ਦਾਣਾ ਹੀ ਪਵਾਇਆ ਨਾ, ਉਹ ਕਬੂਤਰ ਮੇਰੇ ਕੋਲ ਖਰਾਬ ਹੋ ਗਿਆ। ਲਿਆਦਾ ਬਾਅਦ ਆਵੇ, ਖਰਾਬ ਹੋਣ ਤੋਂ ਬਾਅਦ ਵੀ ਅਲਹਮਦੁਲਿਲਾ ਮੈਂ ਉਹਨੂੰ ਠੀਕ ਕਰਕੇ ਮੈਂ ਗੇਮ ਦੇ ਵਿੱਚ ਵਾਪਸ ਆਇਆ ਵਾਂ ਇਨਸ਼ਾਅੱਲਾ, ਅਤੇ ਸਾਡੀ ਕੋਸ਼ਿਸ਼ ਹੈ ਪੂਰੀ ਕਿ ਗੇਮ ਦੇ ਵਿੱਚ ਇਨ ਰਹੀਏ। ਅੱਛਾ ਉਸਤਾਦ ਜੀ, ਕਿੰਨੇ ਘਰਾਂ ਦੇ ਨਾਲ ਆਪਣਾ ਸ਼ੌਕ ਹੋਇਆ ਸੀ? ਮੇਰੇ ਹਿਸਾਬ ਦੇ ਵਿੱਚ 33 ਜਾਂ 34 ਘਰਾਂ ਨਾਲ ਮੇਰੀ ਬਾਜ਼ੀ ਹੈ, ਅਤੇ ਅੱਜ ਚੌਥੀ ਬਾਜ਼ੀ ਉੱਡੀ ਹੈ। ਚੌਥੀ ਬਾਜ਼ੀ ਦੇ ਅੰਦਰ ਮੇਰੇ ਜ਼ਿਹਨ ਦੇ ਮੁਤਾਬਕ ਮੈਂ ਕਾਫੀ ਦੋਸਤਾਂ ਨੂੰ ਚੌਕਾ ਹੀ ਫਰਕ ਕਰਦਾ। ਅੱਛਾ, ਜਿਹਦੇ 'ਚ ਇਸ ਟਾਈਮ 1 ਜਾਂ 2 ਛੱਤਾਂ ਨੇ ਜਿਹਨਾਂ ਮੈਨੂੰ ਚੌਕਾ ਕੀਤਾ, ਬਾਕੀਆਂ ਨੂੰ ਮੈਂ ਚੌਕਾ ਕੀਤਾ, 1-2 ਪਲੇਅਰ ਰਹਿ ਗਏ ਨੇ ਜਿਹਨਾਂ ਨਾਲ ਬਾਜ਼ੀ ਚੌਥੀ ਮੈਂ ਉਡਾਂਗਾ, ਕਿਸੇ ਨੇ 3 ਕੀਤੀਆਂ, ਕਿਸੇ ਨੇ 2 ਕੀਤੀਆਂ, ਇਨਸ਼ਾਅੱਲਾ ਉਹ ਵੀ 7ਵੀਂ ਬਾਜ਼ੀ ਤੱਕ ਕਲੀਅਰ ਕਰਾਂਗੇ ਇਨਸ਼ਾਅੱਲਾ। ਜ਼ਬਰਦਸਤ। ਅੱਛਾ ਉਸਤਾਦ ਜੀ, ਇਹ ਤੁਸੀਂ ਕਿੰਝ ਦੇਖ ਇਹ ਫੈਸਲਾ ਜਿਹੜਾ ਹੋਇਆ ਹੈ ਕਿ ਕੱਪ ਦੀ ਐਵਜੀ 'ਚ ਯਾਨੀ ਕਿ 7 ਦਿਨ ਕਾਊਂਟ ਹੋਏਗੀ, ਇਸ ਚੀਜ਼ ਨੂੰ ਤੁਸੀਂ ਕਿੰਝ ਦੇਖਦੇ ਜੇ? ਮੇਰੀ ਦਿਲੀ ਖੁਆਇਸ਼ ਸੀ, ਇਹ ਮੇਰੀ ਵੀ ਦਿਲੀ ਖੁਆਇਸ਼ ਸੀ ਕਿ 7 ਦਿਨ ਦਾ ਕੱਪ ਹੋਵੇ, ਅੱਛੇ ਪਲੇਅਰ ਦਾ ਔਰ ਅੱਛੇ ਕਬੂਤਰ ਦਾ ਪਤਾ ਲੱਗੇ ਕਿ ਪਲੇਅਰ ਕਿਹੜਾ ਔਰ ਕਬੂਤਰ ਅੱਛਾ ਕਿਹਦੇ ਕੋਲ ਹੈ। ਕਬੂਤਰ ਹਰ ਬੰਦੇ ਕੋਲ ਹੀ ਚੰਗੇ ਨੇ, ਬਿਲਕੁਲ, ਉਸਤਾਦੀ ਵੀ ਹਰ ਬੰਦੇ ਕੋਲ ਚੰਗੀ ਹੈ, ਲੇਕਿਨ ਜਿਹਨੇ ਪਰਫੋਰਮ ਕਰਨਾ, ਅੱਛਾ ਮੁਜ਼ਾਹਰਾ ਜਿਹਨੇ ਕਰਨਾ, ਉਹਦਾ ਹੀ ਨਾਂ ਹੋਣਾ।
ਬਿਲਕੁਲ ਇੰਜੀ ਹੈ ਸਾਰੇ, ਅਸੀਂ ਮਾਸ਼ਾਅੱਲਾ ਅਲਹਮਦੁਲਿਲਾ ਸਾਡਾ ਪਿਛਲੀ ਬਾਜ਼ੀ 'ਚ ਅਸੀਂ ਲਾਹੌਰ ਕੱਪ ਦੇ ਵਿੱਚ 19 ਨੰਬਰ 'ਤੇ ਸਾਂ। ਸਾਡੀ ਕੋਸ਼ਿਸ਼ ਇਹ ਵੇ ਕਿ ਅਸੀਂ ਉਹ 20 ਨੰਬਰਾਂ 21 ਦੇ ਅੰਦਰ ਰਹੀਏ, ਗੇਮ ਦੇ ਅੰਦਰ ਰਹੀਏ। ਸਾਡੇ ਕਬੂਤਰ 4 ਕਬੂਤਰ, 2 ਸੁਬਾ ਬੈਠ ਗਿਆ, 2 ਉੱਪਰ ਸੇ ਨਹੀਂ ਆਏ, ਇੱਕ ਸਾਡਾ ਦੂਸਰੀ ਬਾਜ਼ੀ ਤੀਸਰੀ। ਇਨਸ਼ਾਅੱਲਾ ਤਾਲਾ ਸਾਡੀ ਦੇ ਅੰਦਰ ਰਹੀਏ, ਸਾਡੀ ਅਸੀਂ ਪੂਰਾ ਦਫਾ ਕਰਾਂਗੇ। ਕਿਆ ਬਾਤ ਹੋ ਗਿਆ। ਅੱਛਾ ਸਾਹਿਬ ਜੀ, ਅੱਜ ਦੇ ਕਬੂਤਰਾਂ ਦੀ ਬੈਠਣ ਦੀ ਜਿਹੜੀ ਟਾਈਮਿੰਗ ਹੈ ਨਾ, ਇਹ ਜ਼ਰਾ ਨਾਲ ਦੋਸਤਾਂ ਨੂੰ ਦੱਸ ਦਵੋ, ਸਾਨੂੰ ਜ਼ਰਾ ਕਾਫੀ ਫੜਾ ਦਿਓ ਜ਼ਰਾ। ਮਾਸ਼ਾਅੱਲਾ ਸਾਡੇ ਕਬੂਤਰ ਅੱਜ ਬਹੁਤ ਅੱਛੇ ਬੈਠੇ ਨੇ, ਸਾਡੀ ਸੋਚ ਤੋਂ ਵੀ ਅੱਛੇ ਉੱਡ ਕੇ ਬੈਠੇ ਨੇ। ਇੱਕ ਕਬੂਤਰ ਥੱਲੇ ਉਹ ਪਾਇਆ ਸੀ, ਉਹਨੂੰ 4-5 ਟੱਕਾਂ ਸਾਂ, ਉਹ 8:00 ਅਤੇ 10 ਮਿੰਟਾਂ ਦੇ ਬੈਠਾ ਪਹਿਲਾਂ, ਅਤੇ ਦੂਸਰਾ ਕਬੂਤਰ ਮੈਂ ਤੁਹਾਨੂੰ ਦੱਸਣਾ ਪਰਚੇ 'ਤੇ ਲਿਖਿਆ। ਅੱਛਾ ਸਾਹਿਬ ਜੀ, ਗਰਮੀ ਦੇ ਵਿੱਚ ਡੱਕਾਂ ਨੂੰ ਤੁਸੀਂ ਕਹਿ ਦੇਖਦੇ, ਜੇ ਜ਼ਿਆਦਾ ਡੱਕਾਂ ਵਾਲਾ ਪਰਿੰਦਾ ਪਾਉਣਾ ਚਾਹੀਦਾ ਜਾਂ ਡੱਕ ਬਾਈ ਡੱਕ? ਇਹਦੇ ਬਾਰੇ ਵੀ ਡਿਸਕਸ ਕਰ ਲਵਾਂ। ਗਰਮੀ ਦੇ ਅੰਦਰ ਇੱਕ ਡੱਕ ਤੋਂ ਬਾਅਦ ਡੱਕ ਨਹੀਂ ਹੋਣੀ ਚਾਹੀਦੀ। ਜਿਸ ਬੰਦੇ ਨੇ 2 ਡੱਕਾਂ ਵੀ ਦਿੱਤੀਆਂ ਉਹਨੇ ਆਪਣੀ ਮੌਤ ਨੂੰ ਆਵਾਜ਼ ਮਾਰੀ, ਜਿਹਦੇ ਜਗ੍ਹਾ ਖੋਖਰ ਵੀ ਸ਼ਾਮਲ। ਕਿਆ ਬਾਤ ਹੈ ਸਾਹਿਬ ਜੀ, ਵੱਡੀ ਗੱਲ ਕੀਤੀ ਹੈ। 3 ਕਬੂਤਰ 2 ਡੱਕਾਂ ਦੇ ਪਾ ਕੇ ਆਪਣਾ ਬੇੜਾ ਗਰਕ ਕੀਤਾ, ਔਰ ਇਨਸ਼ਾਅੱਲਾ ਨੈਕਸਟ ਟਾਈਮ ਨਹੀਂ ਹੋਵੇਗਾ। ਦੂਸਰਾ ਕਬੂਤਰ 11:35-40 ਸੈਕਿੰਡ, ਤੀਸਰਾ ਕਬੂਤਰ 12:35-50 ਸੈਕਿੰਡ, ਚੌਥਾ ਕਬੂਤਰ 2:41-55 ਸੈਕਿੰਡ, ਪੰਜਵਾਂ ਕਬੂਤਰ 2:42-50 ਸੈਕਿੰਡ, ਛੇਵਾਂ ਕਬੂਤਰ 2:42-50 ਸੈਕਿੰਡ, ਸੱਤਵਾਂ ਕਬੂਤਰ 3:12-30 117 ਨੰਬਰ ਬਹਾਦਰ ਕਬੂਤਰ। ਕਿਆ ਬਾਤ ਹੋ ਗਈ। ਇਹ ਮੇਰਾ ਕਬੂਤਰ ਅੱਜ 4 ਫਰਤਾਂ 3 ਤੋਂ ਪਾਰ ਬਹਿ ਰਿਹਾ, ਇਹਨੂੰ ਮੇਰੇ ਹਿਸਾਬ 'ਚ 15 ਫੜਕਾਂ ਹੋਈਆਂ, 5-3-4-2-3 ਬੈਂਦੇ। ਬਹੁਤ ਅੱਛਾ ਪਰਫਾਰਮ ਕਰ ਰਿਹਾ ਇਹ ਮਲਕ ਮੌਲਾ ਖੋਖਰ, ਲਾਹੌਰ ਚੈਂਪੀਅਨ ਮੇਰਾ ਭਰਾ ਹੁੰਦੇ ਘਰ। ਜੀ ਜੀ ਬਿਲਕੁਲ, ਬਹੁਤ ਅੱਛਾ ਉੜਦਾ। ਕਿਆ ਬਾਤ ਹੈ ਜੀ ਸਾਹਿਬ ਜੀ, ਜੰਜੇ ਹੁਣੇ ਅਸੀਂ ਗੱਲ ਕਰਦੇ ਪਏ ਸੀ ਕਿ ਇਹ ਤਫਸੀਲਨ ਸਾਹਿਬ ਜੀ ਤੁਸੀਂ ਸਾਨੂੰ ਸਮਝਾਉਣਾ ਹੈ ਕਿ 2 ਫੜਕਾਂ 3 ਫੜਕਾਂ ਜਾਂ ਡੱਕ ਬਾਈ ਡੱਕ ਵਾਲੇ 'ਚ ਫਰਕ ਕੀ ਰਹਿ ਜਾਂਦਾ, ਕੀ ਨੁਕਸਾਨ ਹੁੰਦਾ? ਜਿੰਨਾ ਕਬੂਤਰ ਅੱਛਾ ਪਰਫਾਰਮ ਕਰੇਗਾ ਡੱਕ ਬਾਈ ਡੱਕ ਵਾਲਾ ਕਰੇਗਾ। ਡਬਲ ਡੱਕ ਇਸ ਤਰ੍ਹਾਂ ਹੀ ਸਮਝੋ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਕਿਸੇ ਨੂੰ ਆਖਣਾ ਮੈਨੂੰ ਮਾਰ ਦਿਓ, ਇਸ ਮੌਸਮ ਦੇ ਅੰਦਰ 45-46-47 ਚੱਲਦਾ ਪਿਆ, ਔਰ ਸਾਜੀ ਫੀਲਿੰਗ ਇਹਦੇ ਤੋਂ ਡਬਲ ਹੁੰਦੀ ਜਾਂਦੀ ਹੈ। ਪਰ ਮੇਰਾ ਇਮਾਨ ਇਹ ਵੇ ਕਿ ਲਾਹੌਰੀਏ ਕਿਤੇ 45-47-48 ਵੀ ਹੋ ਜਾਏ, ਵਿਦ ਮੈਂ ਵਿਦ ਪੂਰਾ ਲਾਹੌਰ ਇਨਸ਼ਾਅੱਲਾ ਤਾਲਾ ਅੱਛਾ ਪਰਫਾਰਮ ਕਰਨਾ। ਕੀ ਬਾਤ ਹੋ ਗਿਆ, ਜ਼ਬਰਦਸਤ, ਬਹੁਤ ਅੱਛੇ ਕਬੂਤਰ ਲਾਹੌਰੀਏ ਡਾ ਰਹੇ ਨੇ। ਜ਼ਬਰਦਸਤ, ਪੀ ਲਓ ਸਾਜੀ ਪਾਣੀ ਪੀ ਲਓ। ਅੱਛਾ ਸਾਜੀ, ਅਸੀਂ ਖੁਰਾਕ ਲਿਆਉਂਦੇ ਹਾਂ ਗਰਮੀ ਦੇ ਵਿੱਚ ਖਾਸ ਤੌਰ 'ਤੇ ਜੀ, ਜਿਸ ਦਿਨ ਕਬੂਤਰ ਉੜ ਕੇ ਆਉਂਦਾ ਅਤੇ ਉਸ ਤੋਂ ਅਗਲੇ ਦਿਨ ਦੀ ਥੋੜ੍ਹੀ ਜਿਹੀ ਤੁਸੀਂ ਜ਼ਰਾ ਸਾਨੂੰ ਕੋਈ ਟਿਪ ਦੇ ਦਿਓ ਸੰਭਾਲ ਲਈ, ਕਿ ਜਿਸ ਦਿਨ ਕਬੂਤਰ ਉੜ ਕੇ ਆਏ, ਕੁਛ ਲੋਕ ਦਿੰਦੇ ਨੇ ਖੁਰਾਕ ਕੁਛ ਨਹੀਂ ਦਿੰਦੇ ਜੀ, ਅਤੇ ਅਗਲੇ ਦਿਨ ਕੀ ਰੂਟੀਨ ਹੋਣੀ ਚਾਹੀਦੀ ਹੈ ਕਬੂਤਰ ਦੀ? ਕਬੂਤਰ ਨੂੰ 4-5 ਗੋਲੀਆਂ ਖੁਰਾਕ ਦੀਆਂ ਦੇਣੀਆਂ ਚਾਹੀਦੀਆਂ। ਸਾਡਾ ਜਿਹੜਾ ਤਰੀਕਾਕਾਰ ਹੈ ਜੋ ਅਸੀਂ ਸਿੱਖਿਆ, ਮੈਂ ਉਸਤਾਦ ਸੇਲ ਖਾਨ ਨਿਸਾਰ ਦਾ ਸ਼ਾਗਿਰਦ ਹਾਂ, ਔਰ ਸੇਲ ਨਿਸਾਰ ਖਾਨ ਦਾ ਦੋਸਤ ਵੀ ਆਗਾ ਸ਼ਾਹਿਦ ਸਾਹਿਬ ਬਹੁਤ ਹੋ ਗਏ ਨੇ, ਅੱਲਾ ਪਾਕ ਉਹਨਾਂ ਨੂੰ ਜਿੰਨਾ ਤੱਕ ਦੋਸ਼ ਆਲਾ ਮੁਕਾਮ ਤਾ ਫਰਮਾਏ। ਮੈਂ ਇਹਨਾਂ 2 ਪਲੇਅਰਾਂ ਕੋਲੋਂ ਕਾਫੀ ਕਬੂਤਰਬਾਜ਼ੀ ਸਿੱਖੀ ਹੈ। ਇੱਕ ਮੇਰਾ ਦੋਸਤ ਹੈ ਸ਼ਫਾਕ ਕਵੇਤੀਆ, ਜਿਹੜਾ ਮੇਰੇ ਨਾਲ ਕਵੇਤ ਦੇ ਅੰਦਰ 10 ਸਾਲ ਕਬੂਤਰਬਾਜ਼ੀ ਕਰਕੇ ਆਇਆ। ਇਹਨਾਂ ਲੋਕਾਂ ਨੇ ਮੈਨੂੰ ਬੜਾ ਅੱਛਾ ਗਾਈਡ ਕੀਤਾ ਔਰ ਬੜਾ ਅੱਛਾ ਪਲੇਅਰ ਬਣਾਇਆ। ਮੈਂ ਦਿਲ ਦੀ ਗਹਿਰਾਈਆਂ ਨਾਲ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ, ਔਰ ਅੱਛੇ ਉਸਤਾਦ ਨੇ, ਅੱਛੇ ਪਲੇਅਰ, ਔਰ ਜਿੰਨੇ ਕਬੂਤਰ ਅੱਛੇ ਉੱਡਣ ਵਾਲੇ ਨੇ ਉਹਨਾਂ ਦਾ ਗਰਮੀ 'ਚ ਹੀ ਪਤਾ ਲੱਗ ਗਿਆ। ਬਿਲਕੁਲ, ਜਿੰਨੇ ਵੀ ਕਬੂਤਰ ਲੋਕਾਂ ਕੋਲ ਚੰਗੇ ਨੇ ਡਾਓਗੇ ਤਾਂ ਇਹਦਾ ਪਤਾ ਲੱਗੇਗਾ ਕੀ ਕਰਦਾ। ਇਹ ਖੁੱਡੇ 300 ਤੜਿਆ ਸਾਰੇ ਚੰਗੇ ਨੇ, ਜਿੰਨੀ ਦੇਰ ਇਹਨੇ ਪਰਫਾਰਮ ਨਹੀਂ ਕਰਨਾ ਇਹਨੂੰ ਮੈਂ ਚੰਗਾ ਨਹੀਂ ਸਮਝਦਾ। ਇਹ ਰਿਜ਼ਲਟ ਜੇ ਇਹ ਯੂਨੀਵਰਸਿਟੀ ਜੇ ਡਾਓ ਬਣਾ ਕੇ ਚੈੱਕ ਕਰੋ, ਜਿਹੜਾ ਚੰਗਾ ਤੁਹਾਨੂੰ ਦੱਸੇਗਾ ਮੈਂ ਚੰਗਾ ਮੈਂ ਚੰਗਾ ਵਾਂ। ਅੱਛਾ ਸਾਹਿਬ ਜੀ, ਅਸੀਂ ਵਾਪਸ ਉੱਥੇ ਹੀ ਆ ਜਾਂਦੇ ਹਾਂ,
ਕਿ ਸਾਜੀ ਉੱਡ ਕੇ ਆਏ ਅਤੇ ਡੱਕ ਵਾਲੇ ਦਿਨ ਇੱਕ ਤਾਂ ਤੁਸੀਂ ਗੱਲ ਦੱਸਦੀ ਸੀ ਚਾਰ ਗੋਲੀਆਂ ਤੁਸੀਂ ਦੇਣੀਆਂ ਚਾਹੀਦੀਆਂ ਜਦੋਂ ਕਬੂਤਰ ਉੱਡ ਕੇ ਆਵੇ ਤਾਂ ਜਦੋਂ ਸਮਝ ਜਾਵੇ ਉਹਨੂੰ ਤੁਸੀਂ ਪਾਣੀ ਪੂਰਾ ਕਰ ਲਓ ਚਾਰ ਗੋਲੀਆਂ ਦਿੱਤੀਆਂ ਅਗਲੇ ਦਿਨ ਦੀ ਕੀ ਰੂਟੀਨ ਹੋਣੀ ਚਾਹੀਦੀ ਹੁੰਦੀ ਦਾਣੇ ਤੱਕ ਜਿਹੜੀ ਸਾਡੀ ਰੂਟੀਨ ਹੈ ਨਾ ਮੈਨੂੰ ਕਿਸੇ ਦਾ ਨਹੀਂ ਪਤਾ ਮੈਂ ਤਮਾਮ ਦੋਸਤਾਂ ਤਮਾਮ ਸਾਦਾ ਦਾ ਕਾਬਲੇ ਇਤਰਾਮ ਨੇ ਮੇਰਾ ਇਹ ਮੇਰੀ ਰੂਟੀਨ ਹੈ ਮੈਂ ਸੁਬਹਾ 5 ਵਜੇ 7 ਗੋਲੀਆਂ ਖੁਰਾਕ ਦੀਆਂ ਦਿੰਦਾ ਦੁਪਹਿਰੀ 1 ਵਜੇ ਫਿਰ 7 ਦਿੰਦਾ ਰਾਤ 9 ਵਜੇ ਫਿਰ 5 ਦਿੰਦਾ ਵਾ ਦਾਣਾ ਬਹੁਤ ਜ਼ਰੂਰੀ ਹੈ ਕਬੂਤਰ ਲਈ ਕਿ ਉਹਦੀ ਆਦਤ ਹੁੰਦੀ ਹੈ ਇੱਕ ਜਿੰਝ ਕਹਿੰਦੇ ਨੇ ਕਿ ਉਹਨੇ ਚੁੰਝ ਮਾਰਨੀ ਦਾਣਾ ਖਾਣਾ ਦੋ ਚਾਰ ਭੋਰੇ ਚਰਾ ਦੇ ਆਦਤ ਪੂਰੀ ਉਹੀ ਪੂਰੀ ਹੋ ਜਾਂਦੀ ਆਦਤ ਪੂਰੀ ਕਰ ਲੈ ਅੱਛਾ ਸਰ ਜੀ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੇ ਬਾਜਰੇ ਦੀ ਬੜੀ ਅਕਸਰ ਗੱਲ ਹੋ ਰਹੀ ਹੁੰਦੀ ਲੋਕ ਗੱਲ ਕਰ ਰਹੇ ਹੁੰਦੇ ਨੇ ਅਤੇ ਤੁਸੀਂ ਕੀ ਦੇਖਦੇ ਜੇ ਭਾਵੇਂ ਵਿਸਾਖ ਹੈ ਭਾਵੇਂ ਉਸੂ ਹੈ ਜਿਹੜਾ ਬਾਜਰਾ ਹੈ ਨਾ ਮੇਰੀ ਨਜ਼ਰ ਦੇ ਅੰਦਰ ਵੇਖੋ ਅੱਲਾ ਪਾਕ ਨੇ ਰਿਜ਼ਕ ਇਨਸਾਨਾਂ ਦੇ ਵੀ ਖਲਕਿਆ ਜਾਨਵਰਾਂ ਦਾ ਵੀ ਖਲਕਿਆ ਜਿਹੜੀ ਚੀਜ਼ ਵੀ ਮੇਰੇ ਅੱਲਾ ਨੇ ਬਣਾਈ ਹੈ ਨਾ ਉਹਨੂੰ ਅੱਛਾ ਪੈਦਾ ਕੀਤਾ ਅੱਛਾ ਬਣਾਇਆ ਲੇਕਿਨ ਮੈਂ ਬਾਜਰਾ ਇਸਤੇਮਾਲ ਨਹੀਂ ਕਰਦਾ ਬਾਜਰਾ ਬਸ ਵੱਡੀ ਗੱਲ ਕਰਤੀ ਸਾਜੀ ਲੋ ਦੋਸਤੋ ਜਿਹੜੀ ਗੱਲ ਸਾਜੀ ਪੁੱਛਣਾ ਚਾਹੁੰਦਾ ਬੜੇ ਆਰਾਮ ਨਾਲ ਅਤੇ ਦੋ ਲਫ਼ਜ਼ਾਂ 'ਚ ਸਾਜ ਨੇ ਦੱਸ ਦਿੱਤੀ ਹੈ ਅੱਛਾ ਸਾਜ ਜੀ ਆਖਰੀ ਦੇ ਜਿਹੜਾ ਬਿਲਕੁਲ ਲਾਸਟ ਸਵਾਲ ਹੈ ਉਹ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਬੂਤਰ ਨੂੰ ਸਾਜ ਜੀ ਜਦੋਂ ਕਬੂਤਰ ਉੜ ਕੇ ਆਉਂਦਾ ਹੈ ਸਾਦਾ ਪਾਣੀ ਸਹੀ ਹੈ ਸੰਭਾਲਣ ਵਾਸਤੇ ਜਾਂ ਕੋਈ ਬਣਿਆ ਬੁਣਿਆ ਪਾਣੀ ਦੇਣਾ ਚਾਹੀਦਾ ਇਹ ਲਾਜ਼ਮੀ ਦੱਸੋ ਤੁਹਾਨੂੰ ਮੈਂ ਇਹਦੇ ਬਾਰੇ ਤੁਹਾਨੂੰ ਬਿਲਕੁਲ ਸਹੀ ਗਾਈਡ ਕਰਾਂਗਾ ਮੈਂ ਪਿੱਛੇ 36-37 ਸਾਲ ਤੋਂ ਸਾਦੇ ਪਾਣੀ ਦਾ ਇਸਤੇਮਾਲ ਕਰਦਾ ਪਿਆ ਇਹ ਸਾਲ ਮੈਂ ਮਲਟੀਵਿਟਾਮਿਨ ਮੈਂ ਇਸਤੇਮਾਲ ਕਰ ਰਿਹਾ ਮਲਟੀਵਿਟਾਮਿਨ ਮੇਰਾ ਕਬੂਤਰ ਅੱਲਾ ਦੇ ਹੁਕਮ ਨਾਲ ਨਹੀਂ ਮਾਰੇਗਾ ਮੇਰੀ ਕੋਸ਼ਿਸ਼ ਹੈ ਅਗਰ ਉਹ 12ਵੀਂ ਬਹਿੰਦਾ ਤਾਂ 12ਵੀਂ ਪਏਗਾ ਅਗਰ ਕੋਈ ਬਾਅਦ ਦਾ ਵੇ ਘਾਟਾ ਵਾਧਾ ਕਰ ਜਾਂਦਾ ਪਰਿੰਦਾ ਹੈ ਇਨਸਾਨ ਥੋੜ੍ਹਾ ਕਰ ਜਾਂਦਾ ਲੇਕਿਨ ਮੇਰੀ ਕੋਸ਼ਿਸ਼ ਇਹ ਵੇ ਕਿ ਇਹਨਾਂ ਨੂੰ ਜਿੰਨੇ ਅੱਛੇ ਵਿਟਾਮਿਨ ਦਿੱਤੇ ਜਾਣ ਉਨੇ ਚੰਗੇ ਕਿਉਂਕਿ ਇੱਕ ਸਾਦਾ ਪਾਣੀ ਸਿਰਫ ਸਾਦਾ ਮਹਿੰਗੇ ਤਰੀਨ ਵਿਟਾਮਿਨ ਨੇ ਕੋਈ ਸਸਤੇ ਵਿਟਾਮਿਨ ਨਹੀਂ ਹੈਗੇ ਇੰਪੋਰਟ ਮੈਂ ਕਰਕੇ ਬਾਹਰੋਂ ਲੈ ਕੇ ਆਇਆ ਔਰ ਮਾਸ਼ਾਅੱਲਾ ਇਹਨਾਂ ਦਾ ਬਹੁਤ ਅੱਛਾ ਰਿਜ਼ਲਟ ਹੈ ਅੱਜ ਮੇਰਾ ਇੱਕ ਕਬੂਤਰ ਸਿਰਫ ਵਿਗੜਿਆ ਜਿਦਨ ਦੇ ਮੈਂ ਕਬੂਤਰ ਡਾਊਨ ਡਿਆ ਮੇਰਾ ਕੋਈ ਪੂਰਾ ਕਬੂਤਰ ਆ ਕੇ ਬਹਿੰਦਾ ਮੈਂ ਅੱਗੇ ਪਾਣੀ ਰੱਖ ਦਿੰਦਾ ਉਹ ਪੀ ਲੈਂਦਾ ਰੱਜ ਕੇ ਮੈਂ ਦੱਸਾਂ 15-20 ਮਿੰਟਾਂ ਬਾਅਦ ਖੁਰਾਕ ਦੇ ਅਲਹਮਦੁਲਿਲਾ ਤੁਹਾਡੇ ਸਾਹਮਣੇ ਮੈਂ ਖੁਰਾਕ ਪਾਈ ਉਹ ਕਬੂਤਰ ਚੁੱਕਦੇ ਪਏ ਜ਼ਬਰਦਸਤ ਕੋਈ ਕਬੂਤਰ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਜ਼ਬਰਦਸਤ ਮੇਰੀ ਗੱਲ ਸੁਣੇ ਇੱਕ ਚੀਜ਼ ਕਬੂਤਰਾਂ ਲਈ ਬਣੀ ਹੈ ਉਹ ਡਾਕਟਰਾਂ ਰਿਸਰਚ ਕੀਤੀ ਹੈ ਬੇਸ਼ੱਕ ਉਹ ਸਾਡੇ ਉਹ ਪਾਗਲ ਨਹੀਂ ਹੈਗੇ ਡਾਕਟਰ ਕੋਈ ਦੁਸ਼ਮਣ ਨਹੀਂ ਇਹਨਾਂ ਦੇ ਜਿੰਨੇ ਮਲਟੀਵਿਟਾਮਿਨ ਨੇ ਸਭ ਤੋਂ ਅੱਛੇ ਮਲਟੀਵਿਟਾਮਿਨ ਨੇ ਬਹੁਤ ਸਾਦਾ ਪਾਣੀ ਤੁਹਾਨੂੰ ਕੀ ਦੇਗਾ ਦੱਸੋ ਕੀ ਤੁਹਾਡੇ ਲਈ ਤੁਸੀਂ ਉਹਦੇ ਲਈ ਉਹਦੇ ਨਾਲ ਜ਼ਿੰਦਾ ਰਹਿ ਸਕਦੇ ਤੁਹਾਡੇ ਅੰਦਰ ਐਲਰਜੀ ਨਹੀਂ ਪੂਰੀ ਪੂਰਾ ਨਹੀਂ ਬਿਲਕੁਲ ਬਿਲਕੁਲ ਰਿਕਵਰੀ ਨਹੀਂ ਕਰਦਾ ਜ਼ਬਰਦਸਤ ਹੋ ਲੋ ਦੋਸਤੋ ਯਕੀਨਨ ਉਸਤਾਦ ਜੀ ਨੇ ਜੋ ਗੱਲਾਂ ਦੱਸੀਆਂ ਅਮਲ ਉਹਦੇ 'ਤੇ ਕਰੋਗੇ ਤਾਂ ਇਨਸ਼ਾਅੱਲਾ ਤਾਲਾ ਤੁਹਾਨੂੰ ਫਾਇਦਾ ਹੋਏਗਾ ਜੇ ਤੁਸੀਂ ਸੁਣ ਕੇ ਅਤੇ ਵੀਡੀਓ ਉੱਪਰ ਕਰ ਦੋਗੇ ਤਾਂ ਕੋਈ ਫਾਇਦਾ ਨਹੀਂ ਹੋਏਗਾ ਅਤੇ ਕੋਸ਼ਿਸ਼ ਕਰਿਆ ਕਰੋ ਕਿ ਉਸਤਾਦ ਦਾ ਕਲਾਮ ਜੋ ਵੀ ਚੀਜ਼ ਦੱਸਦੇ ਨੇ ਉਹਦੇ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਿਆ ਕਰੋ ਅਤੇ ਬਾਕੀ ਅਗਰ ਕਿਸੇ ਦੋਸਤ ਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਵੇਖੋ ਮੈਂ ਇਨਸਾਨ ਹਾਂ ਅਤੇ ਮੈਂ ਉਸ ਚੀਜ਼ 'ਤੇ ਮਾਦਰਤ ਚਾਹੁੰਦਾ ਹਾਂ ਮੇਰੇ ਵਾਸਤੇ ਸਾਰੇ ਕਾਬਲੇ ਇਹਤਰਾਮ ਨੇ ਹਰ ਪਲੇਅਰ ਆਪਣੀ ਦਾ ਦਿਲ ਪਾਲ ਕਰੇ ਆ ਸਾਡੇ ਕੋਲ ਜਿਹੜੀ ਅੱਛੀ ਰਾਏ ਅਸੀਂ ਫੀਸ ਕੀ ਬਾਤ ਹੋ ਗਈ
ਉਸਤਾਦ ਜੀ ਇਹ ਵੀ ਤੁਹਾਡਾ ਵੱਡਾ ਪਨ ਹੈ ਜਿਹੜੀ ਤੁਸੀਂ ਬਹੁਤ ਵੱਡੀ ਗੱਲ ਕਰਤੀ ਅਤੇ ਬਾਕੀ ਉਸਤਾਦ ਜੀ ਦੀ ਛੱਤ 'ਤੇ ਕੁਛ ਦੋਸਤ ਸਬਾਬ ਸਭ ਦੇਖੋ ਹੈ ਔਰ ਸ਼ੌਕ ਦੇਖਣ ਵਾਸਤੇ ਆਏ ਹੋਏ ਸੀ ਮਾਸ਼ਾਅੱਲਾ ਪਰਿੰਦੇ ਵਗੈਰਾ ਬੈਠ ਗਏ ਨੇ ਔਰ ਇਹ ਉਸਤਾਦ ਜੀ ਦੀ ਛੱਤ ਦਾ ਸੈਟਅਪ ਹੈ ਅਤੇ ਇਨਸ਼ਾਅੱਲਾ ਤਾਲਾ ਦੁਬਾਰਾ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ।